ਸਸਿਕਾਲ ਜੀ ਮੋਸਟ ਵੈਲਕਮ ਸਸਿਕਾਲ ਉਹ ਸਭ ਇਹ ਕੈਂਪ ਜਿਹੜਾ ਲੱਗਿਆ ਹੋਇਆ ਕਿਹੜੇ ਪਿੰਡ ਦਾ ਹੈ ਇਹ ਰੂਮੀ ਪਿੰਡ ਦਾ ਕੈਂਪ ਹੈ ਤੇ ਹਰ ਰੋਜ਼ ਮਾਰਨਿੰਗ ਜਿਹੜੀ ਹੈ 5:30 ਵਜੇ ਚੱਲਦਾ ਹੈ ਅੱਜ ਹਫਤੇ ਦਾ ਇੱਕ ਦਿਨ ਦਾ ਸਾਡਾ ਕਮਾਲਪੁਰ ਗਰਾਊਂਡ ਦਾ ਹੁੰਦਾ ਹੈ ਜਿੱਥੇ ਕਿ ਪੌੜੀਆਂ ਲੱਗ ਜਾਂਦੀਆਂ ਪੌੜੀਆਂ ਦੇ ਨਾਲ ਸਪਾਟੇ ਲੱਗਣੇ ਹੋਰ ਐਕਸਰਸਾਈਜ਼ਾਂ ਹੋਣੀਆਂ ਇਸ ਤਰ੍ਹਾਂ ਠੀਕ ਹੈ ਜੀ ਅੱਜ ਸਪਾਟੇ ਲੱਗਣਗੇ ਨਾਲ ਹਾਂਜੀ ਪੌੜੀਆਂ ਦਾ ਸੈਸ਼ਨ ਹੁੰਦਾ ਪੌੜੀਆਂ ਪਹਿਲਾਂ ਲੱਗਦੀਆਂ 20 ਮਿੰਟ ਦਾ ਮਤਲਬ ਪੌੜੀਆਂ ਦਾ ਜਿਹੜਾ ਇੱਕ ਹੁੰਦਾ ਉਸ ਤੋਂ ਬਾਅਦ ਫਿਰ ਨਾਲ ਇੱਕ 100 ਸਪਾਟ ਆ ਜਾਂਦਾ ਜਿਹੜਾ ਵੱਡਾ ਭਲਵਾਨ ਆ ਉਹ 100 ਲਾ ਲੈਂਦਾ ਬਾਕੀ ਜਿਹੜੇ ਛੋਟੇ ਆ ਉਹ ਵਿੱਚ 20 ਲਾਉਂਦੇ 30 ਲਾਉਂਦੇ 50 ਲਾਉਂਦੇ 60 ਹਰ ਇੱਕ ਨੂੰ ਹੁੰਦਾ 60 ਸਪਾਟ ਇਹ ਹਰ ਇੱਕ ਨੇ ਲਾਉਣੇ ਹਾਂਜੀ ਹਾਂਜੀ ਤੇ ਕੋਚ ਸਾਹਿਬ ਇਹ ਕੈਂਪ ਜਿਹੜਾ ਕਿੰਨਾ ਵਧੀਆ ਸਪੋਰਟ ਹੈ ਜੀ ਇਸ ਕੈਂਪ ਇਹ ਕੈਂਪ ਨਗਰ ਨਿਵਾਸੀਆਂ ਦੇ ਸਾਰੇ ਜਿਹੜੇ ਪਿੰਡ ਦੇ ਪੰਤੇ ਸੱਜਣਾ ਉਹਨਾਂ ਲਈ ਆ ਐਨਆਰਆਈ ਪਿੰਡ ਰੂਮੀ ਦਾ ਪਿੰਡ ਰੂਮੀ ਦੇ ਨਗਰ ਨਿਵਾਸੀਆਂ ਵੱਲੋਂ ਪੂਰਾ ਸਪੋਰਟ ਹੈ ਇਸ ਕੰਮ ਦਾ ਹਾਂਜੀ 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 ਯੂਥ ਆ ਜਿਹੜਾ ਇਹਨਾਂ ਨੂੰ ਬਹੁਤ ਸ਼ੌਂਕ ਆ ਕੁਝ ਮੇਰੇ ਸਟੂਡੈਂਟ ਬਾਹਰ ਆ ਕੈਨੇਡਾ ਦੇ ਵਿੱਚ ਉਹ ਉਹਨਾਂ ਵੱਲੋਂ ਬਹੁਤ ਸਪੋਰਟ ਆ ਕੁਝ ਹੋਰ ਪ੍ਰਵੰਤੇ ਸੱਜਣਾ ਪਿੰਡ ਦੇ ਜਿਹੜੇ ਸ਼ੌਂਕ ਰੱਖਦੇ ਆ ਕਿ ਅੱਜ ਦੇ ਯੂਥ ਨੂੰ ਸੰਭਾਲਿਆ ਜਾਵੇ ਸਾਰਿਆਂ ਦੀ ਮਤਲਬ ਮਿਲ ਜੁਲ ਕੇ ਸੋਹਣਾ ਕੰਮ ਕੀਤਾ ਹੈ ਤਕਰੀਬਨ 150 ਦੇ ਕਰੀਬ ਮੁੰਡਾ ਜਿਹੜਾ ਇਸ ਕੈਂਪ ਦੇ ਵਿੱਚ ਹੈਗਾ ਤੇ ਪੌੜੀਆਂ ਕਿੰਨਾ ਟਾਈਮ ਪੌੜੀਆਂ ਲਾਉਂਦੇ ਪੌੜੀਆਂ ਸਾਡੇ ਮਤਲਬ 4 ਪੜਾ ਹੁੰਦੇ ਆ 20-20 ਮਿੰਟ ਦੇ ਤੇ 60 ਮਿੰਟ ਹੋ ਗਏ ਯਾਨੀ 1 ਘੰਟਾ ਜਿਹਦੇ 'ਚ 400 ਸਪਾਟਾ ਲੱਗ ਜਾਂਦਾ 450 ਲਾ ਜਾਂਦਾ ਜਿਹੜਾ ਕੋਈ ਵੱਡਾ ਭਲਵਾਨ ਉਹ 500 ਵੀ ਲਾ ਜਾਂਦਾ ਖੁਦ ਵੀ ਮੈਂ 400 450 500 ਸਪਾਟਾ ਲਾ ਜਾਂਦਾ ਇਹਨਾਂ ਦੇ ਨਾਲ ਹੀ ਲਾਉਣੇ ਆ ਹਾਂਜੀ ਹਾਂਜੀ ਨਾਲ ਲਾ ਜਾਂਦਾ ਮੇਰਾ ਸੌਖਾ ਹੀ ਹੁੰਦਾ ਸ਼ਾਮ ਵਾਲੇ ਪੜਾ 'ਚ ਵੀ ਮੈਂ ਜਾ ਕੇ ਪੌੜੀਆਂ ਲਾਉਣੀਆਂ ਅਤੇ ਸ਼ਾਮ ਬੁੱਗੂਪੁਰੇ ਪਿੰਡ ਉੱਥੇ ਵੀ ਜਿੰਨੀਆਂ ਪੌੜੀਆਂ ਲੱਗਦੀਆਂ ਨਾਲ ਹੀ ਸਪਾਟ ਜਿੰਨੇ ਵੀ ਹੋਏ ਵੱਧ ਤੋਂ ਵੱਧ ਯਾਨੀ ਵੱਡੇ ਭਲਵਾਨਾਂ ਦੇ ਨਾਲ ਹੀ ਮੈਂ ਉਹਨਾਂ ਕਰ ਜਾਣਾ ਹੁੰਦਾ ਠੀਕ ਹੈ ਕੋ ਸਾਹਿਬ ਜਿਹੜਾ ਇਹ ਪੌੜੀਆਂ ਦਾ ਸੈਸ਼ਨ ਹੈ ਤੁਸੀਂ ਇੱਕ ਦਿਨ ਹਫਤੇ ਦੇ ਵਿੱਚ ਇੱਕ ਦਿਨ ਹਾਂਜੀ ਇੱਕ ਦਿਨ ਹੁੰਦਾ ਇਹਦੇ 'ਚ ਸਾਰਾ ਸਮਿਲਨ ਆ ਜਾਂਦਾ ਜਿਵੇਂ ਸਪੀਡ ਵਰਕ ਵੀ ਆ ਗਈ ਪਾਵਰ ਵੀ ਆ ਗਈ ਸਟੈਮਿਨਾ ਵੀ ਆ ਗਿਆ ਇਹ ਤਿੰਨਾਂ ਚੀਜ਼ਾਂ ਦਾ ਹੀ ਸਮਿਲਨ ਹੋ ਜਾਂਦਾ ਇਹਦੇ ਵਿੱਚ ਜੀ ਕੈਂਪ ਇੱਕ ਜਿਹੜਾ ਗਰਾਊਂਡ ਬਹੁਤ ਸੋਹਣਾ ਹੈ ਨਾ ਹਾਂਜੀ ਅਤੇ ਪੌੜੀਆਂ ਵੀ ਵਧੀਆ ਬਣੀਆਂ ਹੋਈਆਂ ਕਮਾਲਪੁਰੇ ਪਿੰਡ ਦੀਆਂ ਕੋ ਸਾਹਿਬ ਕਬੱਡੀ ਦੇ ਕਿੰਨੇ ਕੁ ਪਲੇਅਰ ਇੱਥੇ ਕਬੱਡੀ ਦੇ ਤਕਰੀਬਨ ਇਹਦੇ ਵਿੱਚ ਹੈਗੇ ਆ 40-50 ਪਲੇਅਰ ਕਬੱਡੀ ਵਾਲੇ ਆ ਬਾਕੀ ਉਹ ਫਿਜ਼ੀਕਲ ਅਤੇ ਫਿਟਨੈਸ ਵਾਲੇ ਆ ਇਸ ਤਰ੍ਹਾਂ ਦੀਆਂ ਚੀਜ਼ਾਂ ਹੈਗੀਆਂ ਯਾਨੀ ਕਿ ਫਿਟਨੈਸ ਵਾਸਤੇ ਫਿਟਨੈਸ ਵਾਸਤੇ ਨਿਊ ਬੱਚੇ ਆ ਜਿਹੜੇ ਪਲੱਸ 2 ਕਰਨ ਤੋਂ ਬਾਅਦ ਫਿਰ ਆ ਜਾਂਦੇ ਆ ਮਲਿਕ ਕੈਂਪ ਵਾਲੇ ਮੁੰਡੇ ਵੀ ਮਿਲੇ ਮਲਿਕਾ ਕੈਂਪ ਵਾਲੇ ਵੀ ਨਾਲ ਹੀ ਕੈਂਪਾਂ ਦੇ ਵਿੱਚ ਨਾਲ ਹੀ ਤੁਰੇ ਜਾਂਦੇ ਤੋਂ ਪਹਿਲਾਂ ਕੈਂਪ ਹੁੰਦਾ ਫਿਰ ਦੂਜੇ ਚਲੇ ਜਾਂਦੇ ਜਿਹੜਾ ਸ਼ੌਂਕ ਰੱਖਦੇ ਆ ਵੀ ਬਾਈ ਹਜੇ ਥੋੜ੍ਹੀ ਲੱਗੀ 2 ਮਹੀਨੇ ਥੋੜ੍ਹੀ ਆ ਅਸੀਂ 4 ਮਹੀਨੇ ਲਾਉਣੀ ਆ ਕਈ 6 ਮਹੀਨਿਆਂ ਲਈ ਆ ਕਈ ਸਾਰਾ ਸਾਲ ਹੀ 365 ਦਿਨ ਮੇਰੇ ਨਾਲ ਹੀ ਜੁੜੇ ਰਹਿੰਦੇ ਹਾਂ ਜਿਨ੍ਹਾਂ ਨੇ ਬਹੁਤ ਸਾਰੀ ਤਰੱਕੀ ਜਿਨ੍ਹਾਂ ਨੂੰ ਸਮਝ ਆ ਗਈ ਕਿ ਨਹੀਂ ਯਾਰ ਹਰ ਰੋਜ਼ ਪ੍ਰੈਕਟਿਸ ਤਾਂ ਕਰਨੀ ਜ਼ਰੂਰੀ ਆ ਠੀਕ ਹੈ ਨਾ ਅਤੇ ਇਸ ਤਰ੍ਹਾਂ ਦੀ ਹੈ ਠੀਕ ਹੈ ਉਹ ਸਭ ਜਿਹੜੇ ਇਸ ਕੈਂਪ ਦੇ ਵਿੱਚ ਮੁੰਡੇ ਆ ਜਿਹੜੇ ਲਾ ਰਹੇ ਆ ਇਹ ਇਹਨਾਂ ਦੇ ਵਿੱਚੋਂ ਕੁਛ ਪਲੇਅਰ ਹੋਣਗੇ ਜਿਹੜੇ ਕਬੱਡੀ ਸਰਕਲ ਦੇ ਨੈਸ਼ਨਲ ਹਾਂ ਚੰਗੇ ਆ ਜਿਵੇਂ ਖਾਨ ਬੱਦੋਵਾਲੀਆ ਹੋ ਗਿਆ ਬਾਬੂ ਮਾਜਰੀ ਵਾਲਾ ਹੋਇਆ ਇਹ ਮੁੰਡੇ ਚੰਗਿਆਂ 'ਚ ਆ ਜਾਂਦੇ ਆ ਲਵਪ੍ਰੀਤ ਚੀਮਨੇ ਵਾਲਾ ਹੋਇਆ ਕੌਂਕੇ ਵਾਲਾ ਆਵਨਾ ਹੋਇਆ ਇਹ ਸਾਰੇ ਚੰਗਿਆਂ 'ਚ ਹੀ ਆ ਜਾਂਦੇ ਪਲੇਅਰ ਜਿਹੜੇ ਚੰਗੇ ਬਿੰਦੂ ਰੋਮੀ ਵਾਲਾ ਪਹਿਲਾਂ ਚੰਗਾ ਖੇਡਦਾ ਸੀਗਾ ਉਹ ਸਾਹਮਣੇ ਆ ਤੇ ਚੰਗਿਆਂ 'ਚ ਹੀ ਆ ਜਾਂਦੇ ਭਲਵਾਨ ਇਹ ਵਧੀਆ ਚੰਗੇ ਵਧੀਆ ਮੁੰਡੇ ਜਿਹੜੇ ਪਲੇਅਰ ਤੁਹਾਡੇ ਕੋਲੇ ਹੈਗੇ ਆ ਨਾ ਤੁਸੀਂ ਤਿਆਰ ਕੀਤੇ ਆ ਤੇ ਇਹ ਕੈਂਪ ਜਿਹੜਾ ਹੈਗਾ ਕਿੰਨਾ ਟਾਈਮ ਹੋ ਗਿਆ ਲੱਗੇ ਨੇ ਇਹ 15 ਦਿਨ ਹੋ ਗਿਆ ਅੱਜ ਦੂਜਾ ਹਫਤਾ ਦਾ ਲਾਸਟ ਲੈਣ ਆ ਸਾਡਾ 2 ਹਫਤੇ ਲੰਘ ਗਏ ਆ ਹਜੇ ਘੱਟੋ ਘੱਟ 1.5 ਮਹੀਨਾ ਸਾਡਾ ਹੋ ਰਿਹਾ ਠੀਕ ਹੈ 1.5 ਮਹੀਨਾ ਹੋ ਗਿਆ 2 ਮਹੀਨਿਆਂ ਦਾ ਕੰਟੈਕਟ ਠੀਕ ਹੈ ਜੀ ਬਾਕੀ ਦਾ ਜਿਹੜਾ ਇੱਥੇ ਸਿਰਫ ਪੌੜੀਆਂ ਵਾਸਤੇ ਆਉਣੇ ਆ ਹਾਂ ਇੱਥੇ ਸਿਰਫ ਇੱਕ ਦਿਨ ਆਉਣੇ ਆ ਜੀ ਬਾਕੀ ਸਾਰਾ ਉੱਥੇ ਲੱਗਦਾ ਹਾਂ ਬਾਕੀ ਸਾਰਾ ਰੂਮੀ ਚੱਲਦਾ ਪਿੰਡ ਹੀ ਲੱਗਦਾ ਰੂਮੀ ਲੱਗਦਾ ਚੱਲਦਾ ਬਹੁਤ ਵਧੀਆ ਹੈ ਉੱਥੇ ਬਹੁਤ ਸਾਰਾ ਵਧੀਆ ਗਰਾਊਂਡ ਹੈ ਕਿਸੇ ਦਿਨ ਫਿਰ ਬਿਲਕੁਲ ਉੱਥੇ ਆਪਾਂ ਮਿਲਾਂਗੇ ਨਾ ਬਹੁਤ ਹੀ ਵਧੀਆ ਹੈ ਉੱਥੇ ਉਹਨਾਂ ਦੇ ਉੱਥੇ ਵੀ ਆਪਾਂ ਮਿਲਾਂਗੇ ਜ਼ਰੂਰ ਪਿੰਡ ਦੇ ਵਿੱਚ ਉਸ ਪਿੰਡ ਦੇ ਵਿੱਚ ਵੀ ਅੱਜ ਤਾਂ ਚਲੋ ਆਪਾਂ ਸਪੈਸ਼ਲੀ ਇੱਥੇ ਪਹੁੰਚੇ ਆ ਪੌੜੀਆਂ ਦਾ ਸੈਸ਼ਨ ਸੀ ਮੈਂ ਵੀ ਫ੍ਰੀ ਸੀਗਾ ਅੱਜ ਠੀਕ ਹੈ ਤੇ ਜਦੋਂ ਮੈਂ ਫ੍ਰੀ ਹੁੰਦਾ ਤਾਂ ਮੈਨੂੰ ਵੀ ਐ ਹੁੰਦਾ ਵੀ ਕੋਈ ਨਾ ਕੋਈ ਕੰਮ ਕੀਤਾ ਜਾਵੇ ਵਿਹਲੇ ਰਹਿਣਾ ਬਹੁਤ ਔਖਾ ਤੁਸੀਂ ਬਹੁਤ ਵੱਡੀ ਸੇਵਾ ਕਰ ਰਹੇ ਹੋ ਦੇਸ਼ ਦੀ ਤੁਸੀਂ ਬਹੁਤ ਵੱਡੀ ਸਪੋਰਟਸਮੈਨ ਦੀ ਸੇਵਾ ਕਰ ਰਹੇ ਹੋ ਧੰਨਵਾਦ ਤੁਹਾਡਾ ਕਿਉਂਕਿ ਬਿਲਕੁਲ ਪੰਜਾਬ ਦੇ ਵਿੱਚ ਕੈਂਪ ਬਹੁਤ ਲੱਗੇ ਆ ਤੇ ਕਈਆਂ ਨੂੰ ਐ ਹੁੰਦਾ ਖਣੀ ਮੁੰਡੇ ਸਾਰੇ ਨਸ਼ੇ ਤੇ ਲੱਗੇ ਵੇ ਹਨਾ ਇੱਥੇ ਆ ਕੇ ਪਤਾ ਲੱਗਦਾ ਵੀ ਆ ਜਿਹੜੇ 5:30-5 ਵਜੇ ਆ ਕੇ ਗਰਾਊਂਡਾਂ ਨਾਲ ਜੁੜਦੇ ਆ ਤੁਸੀਂ ਇਹ ਲੋਕਾਂ ਨੂੰ ਮੈਸੇਜ ਦਿੰਨੇ ਆ ਇਹ ਸਾਰੀਆਂ ਤਸਵੀਰਾਂ ਲੋਕਾਂ ਤੱਕ ਮੈਨੂੰ ਲੱਗਦਾ ਕੋਚ ਸਾਹਿਬ ਹਾਂਜੀ ਧੰਨਵਾਦ ਤੁਹਾਡਾ ਹਨਾ ਤੇ ਤੁਸੀਂ ਮੈਨੂੰ ਲੱਗਦਾ ਸਾਰਾ ਜ਼ਿਲ੍ਹਾ ਹੀ ਸੰਭਾਲ ਰੱਖਿਆ ਮੋਗਾ ਹਾਂ ਨਹੀਂ ਮੇਰਾ ਨੈਟਵਰਕ ਬਹੁਤ ਸਾਰੇ ਪਿੰਡਾਂ 'ਚ ਹੈਗਾ ਯਾਨੀ 100 ਪਿੰਡ ਦਾ ਵਿੱਚ ਨੈਟਵਰਕ ਹੈਗਾ ਮੇਰਾ ਤੇ ਬਸ ਮੇਰੇ ਤਿੰਨ ਯਾਨੀ ਜਿਵੇਂ ਸਾਰਾ ਸਾਲ ਹੀ ਮੇਰਾ ਜਿਹੜਾ ਕੈਂਪਾਂ ਦਾ ਹੁੰਦਾ ਹੈ ਸੁਬਾ ਸ਼ਾਮ ਇਹ ਵਧੀਆ ਗੱਲ ਹੈ ਹਨਾ ਜੀ ਤੁਸੀਂ ਇਸ ਪਿੰਡ ਇਸ ਜ਼ਿਲ੍ਹੇ ਨੂੰ ਜਿਹੜਾ ਚੰਗੇ ਪਲੇਅਰ ਵੀ ਪੈਦਾ ਹੁੰਦੇ ਆ ਅਤੇ ਤੁਸੀਂ ਇਸ ਜ਼ਿਲ੍ਹੇ ਨੂੰ ਸੰਭਾਲ ਕੇ ਰੱਖਿਆ ਨੌਜਵਾਨਾਂ ਨੂੰ ਨਸ਼ੇ ਤੋਂ ਬਚਦੇ ਆ ਹਨਾ ਅਤੇ ਚੰਗੇ ਪਾਸੇ ਲੱਗੇ ਹੋਏ ਆ
ਅਤੇ ਬਹੁਤ ਵਧੀਆ ਤੁਸੀਂ ਕੋਸ਼ਿਸ਼ ਕੀਤੀ ਹੈ ਹੈ ਨਾ, ਸਵੇਰੇ ਸਵੇਰੇ ਗਰਾਊਂਡ ਦੇ ਵਿੱਚ ਸ਼ਾਇਦ ਤੁਹਾਡੇ ਕਰਕੇ ਮੁੰਡੇ ਜੁੜਦੇ ਆ ਇੱਥੇ ਆ ਕੇ ਹੈ ਨਾ, ਅਤੇ ਤਕਰੀਬਨ 150 ਦੇ ਕਰੀਬ ਮੁੰਡਾ ਹੋਊਗਾ ਹੈਗਾ ਜੀ, ਹੈਗਾ ਤਕਰੀਬਨ ਠੀਕ ਚੱਲਦਾ। ਲੇਕਿਨ ਅੱਜ ਲੋੜ ਆ ਸਮੇਂ ਦੇ ਨਾਲ ਨਾਲ, ਅੱਜ ਲੋੜ ਹੈ ਪਿੰਡਾਂ ਦੇ ਵਿੱਚ ਜਾ ਕੇ ਗੌਰਮੈਂਟ ਨੂੰ ਇਹਨਾਂ ਚੀਜ਼ਾਂ ਨੂੰ ਸੰਭਾਲ ਲੈਣਾ, ਸੈਮੀਨਾਰ ਲਾ ਲੈਣੇ, ਕਿ ਪਿੰਡਾਂ ਦੇ ਵਿੱਚ ਕੈਂਪ ਲਾ ਦੇਣੇ, ਪਿੰਡਾਂ 'ਚ ਪਹਿਲਾਂ ਗਰਾਊਂਡ ਰੈਡੀ ਕਰ ਲੈਣੇ ਜਾ ਕੇ ਕੋਈ, ਸਭ ਤੋਂ ਪਹਿਲਾਂ ਗਰਾਊਂਡ ਜ਼ਰੂਰੀ। ਹਾਂਜੀ ਹਾਂਜੀ, ਸਭ ਤੋਂ ਪਹਿਲਾਂ ਗਰਾਊਂਡ ਬਹੁਤ ਜ਼ਰੂਰੀ ਹੈ, ਉਸ ਤੋਂ ਬਾਅਦ ਕੈਂਪ ਲੱਗਣਾ। ਸਾਰੇ ਪਿੰਡ ਦੇ ਵਿੱਚ ਬੇਨਤੀ ਹੋਣੀ ਚਾਹੀਦੀ ਹੈ ਕਿ ਫਿਜ਼ੀਕਲ ਅਤੇ ਫਿਟਨੈਸ ਹੋਣਾ ਸਾਰੇ ਫੀਲਡਾਂ ਦੇ ਵਿੱਚ ਚੰਗਾ ਹੈ, ਚਾਹੇ ਤੁਸੀਂ ਕਿਸੇ ਫੀਲਡ ਦੇ ਵਿੱਚ ਵੀ ਕੰਮ ਕਰਦੇ ਹੋ, ਚਾਹੇ ਉਹ 40 ਸਾਲ ਦਾ, 50 ਸਾਲ ਦਾ, 30 ਸਾਲ ਦਾ, ਉਹਨੂੰ ਜ਼ਰੂਰੀ ਹੈ ਹੈਲਥ ਬਾਰੇ ਸੋਚਣਾ, ਹੈਲਥ ਬਾਰੇ ਚੰਗਾ। ਬਹੁਤ ਵਧੀਆ ਗੱਲ ਹੈ ਜੀ। ਤਕਰੀਬਨ ਮੈਂ ਵੇਖਿਆ ਸੀਗਾ, ਮੈਂ ਜਦੋਂ ਆਇਆ 5 ਵਜੇ, ਕਾਫੀ ਮੁੰਡੇ ਨਿਕਲੇ ਆਏ ਸੀ ਹੈ ਨਾ, ਇੱਥੇ ਪਹੁੰਚ ਗਏ ਸੀਗੇ 5 ਵਜੇ ਦੇ ਕਰੀਬ, ਅਤੇ ਬਹੁਤ ਵਧੀਆ ਗੱਲ ਹੈ। ਜਿਵੇਂ ਛੋਟੇ ਬੱਚੇ ਵੀ ਆ ਕੇ ਜੁੜੇ ਆ, ਨਹੀਂ ਤਾਂ ਅੱਜ ਕੱਲ੍ਹ ਮੋਬਾਈਲਾਂ 'ਤੇ ਲੱਗੇ ਰਹਿੰਦੇ ਆ। ਹਾਂਜੀ, ਦਰਅਸਲ ਇਹਨਾਂ 'ਤੇ ਹਰ ਰੋਜ਼ ਦਾ ਲੈਕਚਰ ਇਹ ਹੁੰਦਾ ਕਿ ਤੁਸੀਂ ਪ੍ਰੈਕਟਿਸ ਤੋਂ ਬਾਅਦ ਦੀਆਂ ਗੱਲਾਂ ਮੋਰਨਿੰਗ ਉੱਠਣਾ ਸਿੱਖ ਲਓ, ਅਰਲੀ ਉੱਠਣਾ ਬਹੁਤ ਜ਼ਰੂਰੀ ਹੈ, ਫਿਰ ਟਾਈਮ ਟੂ ਟਾਈਮ ਆਪਣੀ ਜ਼ਿੰਦਗੀ ਨੂੰ ਡਿਸਿਪਲਨ ਦੇ ਵਿੱਚ ਢਾਲਣਾ ਬਹੁਤ ਜ਼ਰੂਰੀ, ਪ੍ਰੈਕਟਿਸ ਤਾਂ ਬਾਅਦ 'ਚ ਆਇਆ। ਅਗਰ ਤੁਸੀਂ ਇਹ ਗੱਲਾਂ ਸਿੱਖ ਗਏ ਆ ਤਾਂ ਫਿਰ ਤੁਸੀਂ ਇੱਕ ਚੰਗਾ ਇਨਸਾਨ ਅਤੇ ਚੰਗਾ ਫਿਜ਼ੀਕਲ ਅਤੇ ਫਿਟਨੈਸ ਦਾ ਮਤਲਬ ਤੁਸੀਂ ਮੈਸੇਜ ਦੇ ਸਕਦੇ ਹੋ, ਦੇ ਸਕਦੇ ਹਾਂ। ਬਿਲਕੁਲ, ਬਹੁਤ ਵਧੀਆ ਗੱਲ ਹੈ। ਅਤੇ ਹੁਣ ਆਪਣਾ ਇਹ ਸੈਸ਼ਨ ਹੋ ਗਿਆ ਜੀ, ਅਗਲੇ ਸੈਸ਼ਨ ਦੇ ਵਿੱਚ ਫਿਰ ਜੁੜਦੇ ਹਾਂ ਆਪਾਂ ਨਾ, ਪੁਸ਼ਅਪ ਲੱਗਣੇ ਹੁਣ, ਪੁਸ਼ਅਪ ਲੱਗਣਗੇ ਜੀ। ਹਾਂਜੀ, ਪੁਸ਼ਅਪ, ਉਹ ਪੁਸ਼ਅਪ ਲਾਉਣਗੇ, ਅਸੀਂ ਪੌੜੀਆਂ 'ਤੇ ਜਾਂਦੇ ਹਾਂ ਫਿਰ ਦੁਬਾਰਾ, ਆ ਜਾਓ ਵੀ ਨੇੜੇ, ਆ ਜਾਓ। ਅਸੀਂ ਕੈਂਪ ਦੇ ਵਿੱਚ ਜੁੜੇ ਹੋਏ ਹਾਂ, ਪ੍ਰੈਕਟਿਸ ਚੱਲ ਰਹੀ ਹੈ ਜਵਾਨੀ ਪੰਜਾਬ ਦੀ, ਉਹਨੂੰ ਦਿਖਾਉਣੇ ਆ ਕਿਵੇਂ ਕੈਂਪ ਦੇ ਨਾਲ ਜੁੜੀ ਹੋਈ ਹੈ। ਪੌੜੀਆਂ ਦਾ ਸੈਸ਼ਨ ਹੈ, ਤਕਰੀਬਨ 100-150 ਮੁੰਡਾ ਇੱਥੇ ਜੁੜਿਆ ਕੈਂਪ ਦੇ ਵਿੱਚ ਇਸ ਟਾਈਮ 'ਤੇ। ਪੌੜੀਆਂ ਜਿਹੜੀਆਂ ਲੱਗ ਰਹੀਆਂ, ਮੈਂ ਦਿਖਾਉਣੇ ਆ, ਸਾਹਮਣੇ ਵੀ ਬਹੁਤ ਸਾਰੇ ਮੁੰਡੇ ਕੈਂਪ ਦੇ ਵਿੱਚ ਖੜ੍ਹੇ ਆ, ਜਿਹੜੇ ਸਾਰਿਆਂ ਨਾਲ ਉਸਨੂੰ ਮਿਲਾਵਾਂਗੇ, ਕਿਵੇਂ ਪੌੜੀਆਂ ਲੱਗਦੀਆਂ ਉਹ ਵੀ ਤੁਹਾਨੂੰ ਦਿਖਾਉਣੇ ਆ। ਉਹ ਸਭ ਵੀ ਜੁੜੇ ਆ ਤਕਰੀਬਨ 150 ਦੇ ਕਰੀਬ ਮੁੰਡਾ ਜੁੜਿਆ ਵਾ। ਸਵੇਰ ਦਾ ਟਾਈਮ ਹੈ 5:30 ਦਾ, ਕੈਂਪ ਚੱਲ ਰਿਹਾ। ਦੀ ਰੇਲ ਗੱਡੀ ਬਣੀ ਹੋਈ ਆ ਪੂਰੀ, ਇੱਧਰੋਂ ਆਉਂਦੇ ਉੱਪਰ ਦੀ ਘੁੰਮ ਕੇ ਸਾਰੇ ਜਾਣੇ ਪੌੜੀਆਂ ਦੇ ਸੈਸ਼ਨ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਬਹੁਤ ਜ਼ਬਰਦਸਤ ਕੈਂਪ ਲੱਗਿਆ, ਸਾਹਮਣੇ ਪੁਸ਼ਅਪ ਲੱਗ ਰਹੇ, ਇੱਧਰ ਪੌੜੀਆਂ ਲੱਗ ਰਹੀਆਂ, ਪੂਰੀ ਰੌਣਕ ਲੱਗੀ ਹੋਈ, ਉੱਥੇ ਮੇਲਾ ਲੱਗਿਆ ਵਾ, ਐਵੇਂ ਪਲੇਅਰ ਤਿਆਰ ਹੁੰਦੇ ਆ। ਨਵੇਂ ਪੁਰਾਣੇ ਸਾਰੇ ਮੁੰਡੇ ਜੁੜੇ ਹੋਏ ਇਸ ਕੈਂਪ ਦੇ ਵਿੱਚ। ਵੀਡੀਓ ਨੂੰ ਕਰਿਓ ਸ਼ੇਅਰ, ਦੇਖੋ ਫਿਰ ਕਿਵੇਂ ਮਿਹਨਤ ਲੱਗਦੀ ਹੈ।
ग्राउंड भी बहुत सुना है वधिया बनया हुआ नाल नाल पशु भी लग रहे तो सब आप भी नाल पशु ला रहे हैं थले दिखाने जाके थले माहौल पूरा फैंड पूरा घैंट माहौल बनया वै सेल का टाइम है ज़्यादा जोर है बोलन तो घट से बहुत वड्डी गल है ना मुंडे मेहनत ज़्यादा ला रहे हैं बोलता कोई नहीं डिस्टर्ब कोई नहीं कर रहा इतने ये होनी चाहिए खूबी हर एक कैंप की स्टेडियम ये स्टेडियम कमालपुरे का बढ़िया स्टेडियम है घैंट पूरा इन्हों तो सीख सकते हो अलग अलग सैशन होंगे अज इन्हों का पुशअप्स पौड़ियाँ दोनों है तकरीबन 25-30 गेड़े लगन गए तकरीबन 25-30 गेड़े जड़े है पौड़ियाँ तो लगन गए तो उस तो बाद जो नाल नाल पुशअप्स भी चल रहे हैं वो तुम्हें अलग तो दिखावे उस सैशन दे विच इस सैशन दे विच सिर्फ पौड़ियाँ लग रही हैं जे अपने बच्चों तुसी बचाउणा है चिट्टे तो नशे तो इहो जिहे कैंपां दे नाल जरूर जुड़ो जिथे आके बच्चे बहुत कुछ सीख सकते हैं बीमारियों तो बच सकते हैं शुगर एसड जड़ियाँ बीमारियां असी पै बनाई हैं खुद बनाई हैं वेले रह के उन्हों तो बच सकते हैं है ना इन कैंपा के नाल जोड़ना बच्चों वधिया गल है जवानी ने जोड़ना लगातार मेहनत मुंडे ला रहे हैं वो सामने लग रहे हैं पुशअप्स जंपिंग होंगी है उपर पौड़ियाँ नाल दी नाल वो भी सानू दिखाउणे आ पौड़ियाँ दे नाल नाल जंपिंग लग रही है तो ये सीगा पौड़ियों वाला सैशन इधरों चलते थले आते तो थले आके उ जंपिंग ला के वापस आते है ना तो पौड़ियों के नाल डबल मेहनत हो जाती है तो देखो कैसे लग रही है तो ये तो सीख सकते हो तुम और भी ला सकते हैं थले आके थले माहौल भी थोड़ा दिखाने
ਚਲੋ ਅੱਜ ਹੁਣ ਤੁਹਾਨੂੰ ਥੱਲੇ ਜਾ ਕੇ ਦਿਖਾਉਣੇ ਵੀ ਇੱਧਰੋਂ ਘੁੰਮ ਕੇ ਜਾਂਦੇ ਤੇ ਹੋਰ ਕਿਹੜੀ ਕਿਹੜੀ ਨਾਲ ਐਕਸਰਸਾਈਜ਼ ਹੁੰਦੀ ਹੈ।